ਕਿੰਨੀਆਂ ਗੰਦੀਆਂ ਉਸ ਬੰਦੇ ਨੇ ਪਿੱਕ ਮੇਰੀ ਸੈਂਡ ਕੀਤੀਆਂ ਉਹ ਲਾਣਤ ਹੈ ਤੇਰੇ ਅਰੀਏ ਇਨਸਾਨ ਦੇ ਮੈਂ ਕਹਿੰਦੀ ਮਹਾਰਾਜ ਉਹਦੇ ਉਸੇ ਥਾਂ ਤੇ ਕੀੜੇ ਪੈ ਜਾਣਗੇ ਤੇ ਉਹ ਇਨਸਾਨ ਜ਼ਿੰਦਗੀ ਭਰ ਉਹ ਬੰਦਾ ਦੱਸ ਨਾ ਰਵੇ ਵੀ ਮੈਂ ਕਿਸੇ ਨੂੰ ਇਸ ਤਰ੍ਹਾਂ ਦੀ ਖਲੋੜੀ ਪਿੱਕ ਸੈਂਡ ਕੀਤੀ ਸੀ ਜਲ ਮੰਨਿਆ ਤੇਰੇ ਧੀ ਨੀ ਮੰਨਿਆ ਤੇਰੇ ਪੈਰ ਨੀ ਪਰ ਤੈਨੂੰ ਇੱਕ ਔਰਤ ਨੇ ਜਨਮ ਦਿੱਤਾ ਫਿਰ ਪ੍ਰਭੂ ਨੂੰ ਮਨ ਬਹੁਤ ਜ਼ਿਆਦਾ ਟੁੱਟਦਾ ਜਦੋਂ ਇੱਦਾਂ ਦੇ ਗੰਦੇ ਲੋਕ ਤੁਹਾਨੂੰ ਇਸ ਤਰ੍ਹਾਂ ਦੀਆਂ ਪਿੱਕ ਵਾਇਰਲ ਕਰਦੇ ਆ ਮੇਰਾ ਲਾਈਫ ਦੀ ਪਿੱਕ ਸ਼ਾਟ ਲੈ ਕੇ ਇੱਕ ਮੂਵੀ ਤਿਆਰ ਹੁੰਦੀ ਉਹ ਮੂਵੀ ਦਾ ਟਾਈਟਲ ਵੀ ਗਲਤ ਦਿੱਤਾ ਜਾਂਦਾ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਹਰ ਲੜਕੀ ਦੀ ਜ਼ਿੰਦਗੀ ਦੇ ਵਿੱਚ ਘਟਦੀਆਂ ਜਿਹੜੀ ਲੜਕੀ ਘਰ ਤੋਂ ਪੈਰ ਬਾਹਰ ਸਮਾਜ ਦੇ ਵਿੱਚ ਰੱਖਦੀ ਹੈ ਜਿਹੜੀ ਇਸ ਸੋਚ ਨੂੰ ਅਪਣਾਉਂਦੀ ਹੈ ਕਿ ਸਮਾਜਿਕ ਦਾਇਰਾ ਜਿਹੜਾ ਸਾਡਾ ਬਹੁਤ ਗੰਧਲਾ ਹੋ ਚੁੱਕਿਆ ਇਸ ਦਾਇਰੇ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਸੋ ਇਸ ਤਰ੍ਹਾਂ ਦੀ ਮੈਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਦੁੱਖ ਵੀ ਬਹੁਤ ਹੋਇਆ ਮਨ ਵੀ ਬਹੁਤ ਦੁਖੀ ਆ ਪਰ ਕਹਿੰਦੇ ਨਾ ਜਦੋਂ ਸਿਰ ਦਾ ਸਾਈਂ ਉੱਠ ਜੇ ਤਾਂ ਉਦੋਂ ਜਿਹੜੇ ਕਾਵਾਂ ਦੇ ਝੁੰਡ ਵੀ ਆ ਜਿਹੜੇ ਉਹ ਸਿਰ 'ਚ ਚੁੰਝਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਆ ਬਹੁਤ ਮੈਂ ਕੰਟਰੋਲ ਕੀਤਾ ਮੈਂ ਨਹੀਂ ਸੀ ਚਾਹੁੰਦੀ ਮੈਂ ਸੋਸ਼ਲ ਮੀਡੀਆ 'ਤੇ ਆਣ ਕੇ ਇਸ ਤਰ੍ਹਾਂ ਦੀ ਕੋਈ ਗੱਲ ਕਰਾਂ ਇਸ ਤਰ੍ਹਾਂ ਦੀ ਕੋਈ ਘਟਨਾ ਤੁਹਾਡੇ ਲੋਕਾਂ ਨਾਲ ਵੀਰਾਂ ਨਾਲ ਸਾਂਝੀ ਕਰਾਂ ਪਰ ਮਜਬੂਰੀ ਸੀ ਸਿਰ ਤੋਂ ਪਾਣੀ ਲੰਘ ਚੁੱਕਿਆ ਬਰਦਾਸ਼ਤ ਸ਼ਕਤੀ ਦੀ ਵੀ ਕੋਈ ਹੱਦ ਹੁੰਦੀ ਹੈ ਸੋ ਨੰਬਰ ਦਿੱਤਾ ਸੋਸ਼ਲ ਮੀਡੀਆ 'ਤੇ ਤੁਹਾਨੂੰ ਸਾਰੇ ਲੋਕਾਂ ਨੂੰ ਪਤਾ ਮੇਰੀ ਲੜਾਈ ਕੀ ਆ ਐਂਟੀ ਡਰੱਗ ਨਸ਼ੇ ਦੇ ਖਿਲਾਫ਼ ਲੜਾਈ ਆ ਜੇ ਮੇਰਾ ਸੋਸ਼ਲ ਮੀਡੀਆ 'ਤੇ ਨੰਬਰ ਪਾਇਆ ਹੋਇਆ ਮੇਰਾ ਉਹਨਾਂ ਬੱਚੀਆਂ ਲਈ ਨੰਬਰ ਪਾਇਆ ਹੋਇਆ ਜਿਨ੍ਹਾਂ ਦੇ ਨਾਲ ਬਹੁਤ ਜ਼ਿਆਦਾ ਜਾਤੀਆਂ ਹੁੰਦੀਆਂ ਉਹਨਾਂ ਮਾਵਾਂ ਲਈ ਨੰਬਰ ਪਾਇਆ ਹੋਇਆ ਜਿਨ੍ਹਾਂ ਦੇ ਪੁੱਤ ਨਸ਼ੇ ਦੀ ਦਲਦਲ ਦੇ ਵਿੱਚ ਧੱਸ ਗਏ ਉਹਨਾਂ ਪਰਿਵਾਰਾਂ ਲਈ ਪਾਇਆ ਹੋਇਆ ਜਿਹੜੇ ਪਰਿਵਾਰ ਨਿੱਤ ਡਿਵੋਰਸ 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 ਤਲਾਕ ਤਲਾਕ ਦੀ ਗੱਲ ਕਰਦੇ ਆ ਨਿੱਕੇ ਨਿੱਕੇ ਝਗੜਿਆਂ ਤੋਂ ਬਹੁਤ ਜ਼ਿਆਦਾ ਲੰਮੇ ਝਗੜੇ ਬਣ ਕੇ ਅਤੇ ਉਹ ਰਿਸ਼ਤੇ ਟੁੱਟਦੇ ਆ ਵੈਸੇ ਵੀ ਜੂਨ ਦਾ ਮਹੀਨਾ ਮੇਰੇ ਲਈ ਕੋਈ ਬਹੁਤਾ ਚੰਗਾ ਮਹੀਨਾ ਨਹੀਂ ਹੁੰਦਾ ਕਿਉਂਕਿ ਇਸ ਮਹੀਨੇ ਦੇ ਵਿੱਚ ਮੇਰੇ ਹਸਬੈਂਡ ਇਸ ਦੁਨੀਆ ਤੋਂ ਰੁਖਸਤ ਹੋਏ ਸੀ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹੀ ਸੀ ਉਹਨਾਂ ਦੇ ਸਿਵੇਂ ਦੇ ਕਸਮ ਪਾ ਕੇ ਇੱਕ ਲੜਾਈ ਸ਼ੁਰੂ ਕੀਤੀ ਸੀ ਕਿ ਜੋ ਸੰਤਾਪ ਮੈਂ ਭੋਗਿਆ ਚਾਹੇ ਮੈਂ ਆਪਦੀ ਵਿਆਹਤਾ ਜ਼ਿੰਦਗੀ ਦੇ ਵਿੱਚ ਭੋਗਿਆ ਚਾਹੇ ਉਹਨਾਂ ਦੀ ਮੌਤ ਤੋਂ ਬਾਅਦ ਮੈਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪਿਆ ਅੱਜ ਜਦੋਂ ਮੈਂ ਸੁਬਹ ਉੱਠੀ ਹਾਂ ਉੱਠ ਕੇ ਪਹਿਲੀ ਗੱਲ ਤਾਂ ਮੈਂ ਜਲਦੀ ਕਿਸੇ ਦਾ ਫੋਨ ਨਹੀਂ ਚੱਕਦੀ ਕਿਉਂਕਿ ਨਿਤਨੇਮ ਕਰਦੀ ਹੁੰਦੀ ਹਾਂ ਐਮਰਜੈਂਸੀ ਕਾਲ ਭਲਾ ਮੈਂ ਕਦੇ ਕੋਈ ਰਿਸੀਵ ਕਰ ਲੈਣੀ ਤਾਂ ਨਹੀਂ ਬੜਾ ਦੁੱਖ ਹੋਇਆ ਮੈਨੂੰ ਮੈਂ ਤੁਹਾਡੇ ਲੋਕਾਂ ਨਾਲ ਉਹ ਨੰਬਰ ਵੀ ਸਾਂਝਾ ਕਰੂੰਗੀ ਜਿਹੜੇ ਨੰਬਰ ਤੋਂ ਘੱਟੋ ਘੱਟ ਮੈਨੂੰ 50 ਕੌਲਾਂ ਆਈਆਂ ਗੁਰਬਾਣੀ ਪੜ੍ਹਦੀ ਨੂੰ 50 ਕੌਲਾਂ ਮੈਨੂੰ ਆ ਰਹੀਆਂ ਉਹ ਗੁਰਬਾਣੀ ਪੜ੍ਹੀ ਜਾਂਦੀ ਨੂੰ ਉਹ ਨੰਬਰ ਹੈ 75-3-48-97-340 ਇਸ ਨੰਬਰ ਤੋਂ ਮੇਰੇ ਪੰਜਾਬ ਦਾ ਕੋਈ ਝੂਠ ਬੰਦਾ ਉਹ ਗੰਦੀ ਨਾਲੀ ਦਾ ਕੀੜਾ ਜਿਹਦੀ ਸੋਚ ਇੰਨੀ ਕੁ ਮਾੜੀ ਕਿ ਇੰਨੀ ਕੁ ਗੰਦਲੀ ਹੋ ਚੁੱਕੀ ਆ ਉਹ ਬੰਦਾ ਵਾਰ ਵਾਰ ਮੈਨੂੰ ਸੁਬਹਾ ਤੋਂ ਲੈ ਕੇ ਕਾਲਿੰਗ ਕਰ ਰਿਹਾ ਚਲੋ ਜਦੋਂ ਇੰਨੀਆਂ ਕਾਲਾਂ ਆਈਆਂ ਮੈਂ ਕਾਲ ਰਿਸੀਵ ਕੀਤੀ ਆ ਕਾਲ ਰਿਸੀਵ ਕਰਕੇ ਉਹ ਇਨਸਾਨ ਬੋਲਿਆ ਨਹੀਂ ਜਦੋਂ ਮੈਂ ਵਟਸਐਪ ਔਨ ਕੀਤਾ ਚੈੱਕ ਕੀਤਾ ਭਰਾਵੋ ਮੇਰੇ ਉਹ ਮੈਨੂੰ ਦੱਸਦੀ ਨੂੰ ਸ਼ਰਮ ਆਉਂਦੀ ਤੁਹਾਨੂੰ ਲੋਕਾਂ ਨੂੰ ਵੀ ਇੰਨੀਆਂ ਕੁ ਗੰਦੀਆਂ ਪਿਕਸ ਹੋਣੇ ਆਪਦੇ ਔਰਗਨਸ ਪਾਰਟ ਦੀਆਂ ਪਾਈਆਂ ਹੋਈਆਂ ਇੰਨੀਆਂ ਕੁ ਗੰਦੀਆਂ ਉਸ ਬੰਦੇ ਨੇ ਪਿੱਕ ਮੈਨੂੰ ਸੈਂਡ ਕੀਤੀਆਂ ਉਹ ਲੱਖ ਲਾਣਤ ਹੈ ਤੇਰੇ ਵਰਗੇ ਇਨਸਾਨ ਦੇ ਮੈਂ ਤਾਂ ਇਹ ਅਰਦਾਸ ਕਰਦੀ ਇਹ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਕਿਸੇ ਦੀ ਵਿਧਵਾ ਧੀ ਨੂੰ ਇਸ ਤਰ੍ਹਾਂ ਦੀਆਂ ਪਿੱਕ ਪਾਉਂਦਾ ਜਾਂ ਜਿਹਦਾ ਇੰਨਾ ਕੁ ਬੇੜਾ ਗਰਕ ਚੁੱਕਿਆ ਮੈਂ ਕਹਿੰਦੀ ਮਹਾਰਾਜ ਉਹਦੇ ਉਸੇ ਥਾਂ 'ਤੇ ਕੀੜੇ ਪੈ ਜਾਣਗੇ ਅਤੇ ਉਹ ਇਨਸਾਨ ਜ਼ਿੰਦਗੀ ਭਰ ਉਹ ਬੰਦਾ ਦੱਸ ਨਾ ਰਵੇ ਵੀ ਮੈਂ ਕਿਸੇ ਨੂੰ ਇਸ ਤਰ੍ਹਾਂ ਦੀ ਖਲੋਣੀ ਪਿੱਕ ਸਿੰਡ ਕੀਤੀ ਸੀ ਜਾਂ ਕੋਈ ਗੱਲ ਕੀਤੀ ਸੀ ਪਰ ਮੈਂ ਇਸ ਚੀਜ਼ ਤੋਂ ਇੱਕ ਚੀਜ਼ ਨੂੰ ਦੇਖਿਆ ਕਿ ਜੇ ਇਹ ਉਹ ਗੰਦੀ ਨਾਲੀ ਦੇ ਕੀੜੇ ਆ ਮੈਂ ਇਹਨਾਂ ਨੂੰ ਗੰਦੀ ਨਾਲੀ ਦੇ ਕੀੜੇ ਸਮਝੂਗੀ
ਜਿਹੜੇ ਲੋਕ ਇਸ ਤਰ੍ਹਾਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਫੋਟੋ ਸੈਂਡ ਕਰਦੇ ਆ, ਫ੍ਰੀ ਸੇਵਾ ਕੀਤੀ ਆ। ਚਾਹੇ ਮੇਰੇ ਘਰ ਇੱਕ ਵਕਤ ਦੀ ਰੋਟੀ ਪੱਕਦੀ ਚਾਹੇ ਨਾ ਪੱਕਦੀ, ਚਾਹੇ ਮੇਰੀ ਜੇਬ 'ਚ ਪਹੁੰਚਣ ਲਈ ਕਿਰਾਇਆ ਹੁੰਦਾ ਚਾਹੇ ਨਾ ਹੁੰਦਾ, ਮੈਂ ਧੰਨਵਾਦੀ ਹਾਂ ਮੇਰੇ ਨਾਲ ਦੀਆਂ ਉਹਨਾਂ ਔਰਤਾਂ ਦੀਆਂ। ਕਈ ਵਾਰੀ ਉਹ ਮੇਰਾ ਕਿਰਾਇਆ ਲਾ ਕੇ ਉਸ ਜਗ੍ਹਾ ਤੱਕ ਲਿਜਾਂਦੀਆਂ ਸੀ। ਕੀ ਲੈਣਾ ਮੈਂ ਇਹੋ ਜਿਹੀਆਂ ਲੋਕਾਂ ਤੋਂ। ਫਿਰ ਪ੍ਰਭੂ ਦਾ ਮਨ ਬਹੁਤ ਜ਼ਿਆਦਾ ਟੁੱਟਦਾ ਜਦੋਂ ਇੱਦਾਂ ਦੇ ਗੰਦੇ ਲੋਕ ਤੁਹਾਨੂੰ ਇਸ ਤਰ੍ਹਾਂ ਦੀਆਂ ਪਿੱਕ ਵਾਇਰਲ ਕਰਦੇ ਆ। ਮੈਂ ਪੁੱਛਣਾ ਚਾਹੁੰਦੀ ਉਸ ਇਨਸਾਨ ਨੂੰ, ਚੱਲ ਮੰਨਿਆ ਤੇਰੇ ਧੀ ਨਹੀਂ, ਮੰਨਿਆ ਤੇਰੇ ਭੈਣ ਨਹੀਂ, ਪਰ ਤੈਨੂੰ ਇੱਕ ਔਰਤ ਨੇ ਜਨਮ ਦਿੱਤਾ। ਮੈਂ ਕਦੇ ਪ੍ਰਭੂ ਹੰਭੀ ਨਹੀਂ ਸੀ, ਕਦੇ ਹਾਰੀ ਨਹੀਂ ਸੀ, ਟੁੱਟੀ ਨਹੀਂ ਸੀ, ਮੇਰੇ ਦੇ ਇੰਨੀਆਂ ਇੰਨੀਆਂ ਵਾਵਾਂ ਵਰਗੀਆਂ, ਮੈਂ ਕਦੇ ਹਾਰ ਨਹੀਂ ਸੀ ਮੰਨੀ। ਮੈਰਿਜ ਹੋਈ, ਬੱਚਾ ਬਾਜ ਪੈਦਾ ਹੋਇਆ ਕੁੱਟਮਾਰ ਦੇ ਨਾਲ। 6 ਸਾਲ ਮੈਂ ਆਪਣੇ ਪੁੱਤ ਨੂੰ ਲੈ ਕੇ ਤੁਰੀ ਫਿਰਦੀ ਰਹੀ, ਅੱਖਾਂ ਤੋਂ ਮਲਾਖਾਂ, ਨਾ ਸੌਂਦਾ ਸੀ ਨਾ ਬੋਲਦਾ ਸੀ, ਪਰ ਮੈਂ ਕਦੇ ਹਾਰ ਨਹੀਂ ਸੀ ਮੰਨੀ। ਕਿੰਨੇ ਧੀ ਨੂੰ ਦੋ ਦੁੱਖ ਮਾਰਦੇ, ਜਾਂ ਢਿੱਡ ਦਾ ਜਾਂ ਮਾਪੇ ਦਾ, ਮੈਨੂੰ ਰੱਬ ਨੇ ਦੋਨਾਂ ਪੱਖਾਂ ਤੋਂ ਔਖੀ ਰੱਖਿਆ, ਪਰ ਮੈਂ ਫਿਰ ਵੀ ਸਮਾਜ ਲਈ ਇੱਕ ਜਿੰਦਾ ਦਿਲੀ ਰੱਖੀ। ਕਿਉਂ ਰੱਖੀ? ਕਿਉਂਕਿ ਮੈਨੂੰ ਇਹ ਸੀ ਮੈਂ ਕਿ ਯੰਗ ਕੁੜੀ ਹੈ, ਮੇਰਾ ਮਾਇੰਡ ਕਿਸੇ ਪੁੱਠੇ ਪਾਸੇ ਨਾ ਚਲਾ ਜਾਵੇ, ਮੈਂ ਇੱਕ ਚੰਗੇ ਪਾਸੇ ਜਾਣਾ, ਕਿਉਂਕਿ ਮੈਂ ਇੱਕ ਧੀ ਦੀ ਮਾਂ ਵੀ ਹਾਂ, ਮੈਂ ਇੱਕ ਪੁੱਤ ਦੀ ਮਾਂ ਵੀ ਹਾਂ। ਜੇ ਮੈਂ ਗਲਤ ਹੋ ਜੂ, ਮੈਂ ਆਪਦੇ ਬੱਚਿਆਂ ਨੂੰ ਕੀ ਸਿੱਖਿਆ ਦੇਊਂਗੀ? ਜਿਉਂਦੀ ਸੀ ਸਮਾਜ ਦੇ ਵਿੱਚ ਕੁਛ ਇਹੋ ਜਿਹਾ ਕਰਕੇ ਜਾਵਾਂ ਕਿ ਮੈਂ ਮਰਨ ਤੋਂ ਬਾਅਦ ਵੀ ਜਿਉਂਦੀ ਰਹਾਂ। ਪਰ ਸੱਚ ਜਾਣਿਓ ਪ੍ਰਭੂ, ਅੱਜ ਮੇਰਾ ਦਿਲ ਬਹੁਤ ਦੁਖੀ ਆ, ਬਹੁਤ ਮੇਰਾ ਮਨ ਟੁੱਟਿਆ ਉਹਨਾਂ ਤਸਵੀਰਾਂ ਨੂੰ ਵੇਖ ਕੇ। ਕਦੇ ਕੋਈ ਚੱਕ ਕੇ ਮੇਰੇ ਨਾਂ 'ਤੇ ਫੇਕ ਆਈਡੀ ਬਣਾ ਕੇ ਬਹਿ ਜਾਂਦਾ, ਫੋਲੋ ਮੀ, ਜਿਹੜਾ ਮੈਨੂੰ ਪਿਆਰ ਕਰੂਗਾ, ਜਿਹੜਾ ਸਭ ਤੋਂ ਪਹਿਲਾਂ ਮੈਨੂੰ ਕਮੈਂਟ ਕਰੂਗਾ, ਉਹਨੂੰ ਮੈਂ ਕਿਸ ਕਰੂੰਗੀ, ਇਹ ਕਰੂੰਗੀ, ਉਹ ਕਰੂੰਗੀ। ਅਕਸਰ ਹੀ ਮੈਂ ਸੋਸ਼ਲ ਮੀਡੀਆ 'ਤੇ ਇਹ ਚੀਜ਼ਾਂ ਵੇਖਦਾ। ਫਿਰ ਕੁਛ ਦਿਨ ਪਹਿਲਾਂ ਇੱਕ ਘਟਨਾ ਹੋਰ ਸਾਹਮਣੇ ਆਉਂਦੀ ਹੈ, ਮੇਰਾ ਲਾਈਫ ਦੀ ਪਿੱਕ ਸ਼ਾਟ ਲੈ ਕੇ ਇੱਕ ਮੂਵੀ ਤਿਆਰ ਹੁੰਦੀ ਹੈ, ਮੂਵੀ ਦਾ ਟਾਈਟਲ ਵੀ ਗਲਤ ਦਿੱਤਾ ਜਾਂਦਾ, ਉਹਦੇ ਉੱਤੇ ਮੇਰੀ ਪਿੱਕ ਲਾਈ ਜਾਂਦੀ ਹੈ। ਚਲੋ ਇਨਕੁਆਇਰੀ ਕੀਤੀ, ਉੱਥੋਂ ਤੱਕ ਮੈਂ ਪਹੁੰਚ ਕੀਤੀ, ਪਰ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਤੁਹਾਨੂੰ ਦੇਖਣ ਨੂੰ ਇਹ ਚੀਜ਼ਾਂ ਮਿਲਣ, ਦੱਸੋ ਤੁਸੀਂ ਕੀ ਕਰੋਗੇ? ਮੈਂ ਇਹ ਕਹਿੰਦੀ ਹਾਂ ਜਿਹੜੇ ਨੇ ਵੀ ਮੈਨੂੰ ਟੱਕਰਨਾ, ਹਰ ਇੱਕ ਇਨਸਾਨ ਨੂੰ ਮੇਰਾ ਘਰ ਪਤਾ, ਮੇਰਾ ਪਿੰਡ ਪਤਾ, ਮੇਰਾ ਰਾਹ ਪਤਾ। ਪਿੱਠ ਪਿੱਛੇ ਵਾਰ ਕਰਨਾ ਛੱਡ ਦਿਓ, ਜਿਹਨੇ ਕਰਨਾ ਉਹ ਅਸਲ ਸਾਹਮਣੇ ਆਣ ਕੇ ਮੇਰੇ ਵਾਰ ਕਰੇ। ਮੈਂ ਡਰਦੀ ਨਹੀਂ ਇਹੋ ਜਿਹੇ ਲੋਕਾਂ ਤੋਂ, ਪਰ ਮਨ ਦੁਖੀ ਹੁੰਦਾ ਮੇਰਾ ਜਦੋਂ ਇਹੋ ਜਿਹੇ ਚੰਦਕ ਲੋਕ ਉੱਠ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਹਾਏ ਪ੍ਰਭੂ, ਇਸ ਕਰਕੇ ਮੈਂ ਸੋਸ਼ਲ ਮੀਡੀਆ 'ਤੇ ਨੰਬਰ ਪਾਇਆ ਵੀ ਜਿਹੜੇ ਵੀ ਮੇਰੇ ਵੀਰ ਭਰਾ ਨੂੰ ਇਸ ਇਨਸਾਨ ਦਾ ਪਤਾ ਲੱਗਦਾ ਉਹ ਮੇਰੇ ਤੱਕ ਪਹੁੰਚ ਜ਼ਰੂਰ ਕਰੋ, ਮੈਨੂੰ ਦੱਸੋ ਜ਼ਰੂਰ, ਕਿਉਂਕਿ ਸ਼ਾਇਦ ਮੇਰੀ ਇਹ ਸ਼ਰਾਫਤ ਦਾ ਨਜਾਇਜ਼ ਫਾਇਦਾ ਉਠਾਇਆ ਗਿਆ ਵੀ ਮੈਂ ਪਹਿਲਾਂ ਜਦੋਂ ਇੱਕ ਬੰਦੇ ਨੇ ਉਹਦੀ ਮੈਂ ਸ਼ੋਟ ਲੈ ਕੇ ਵੀ ਵਾਇਰਲ ਕੀਤਾ ਸੀ। ਧੰਨਵਾਦੀ ਹਾਂ ਮੈਂ ਤੁਹਾਡੇ ਲੋਕਾਂ ਦੀ ਜਿਨ੍ਹਾਂ ਨੇ ਉਹਨੂੰ ਲਾਹਨਤ ਪਾਈ, ਪਰ ਮੈਂ ਅੱਜ ਵੀ ਇਹੀ ਕਹਿੰਦੀ ਹਾਂ ਕਿ ਇਸ ਤਰ੍ਹਾਂ ਦੇ ਲੋਕ ਆ ਜਿਹੜੇ, ਜੇ ਤੁਸੀਂ ਚੰਗਾ ਨਹੀਂ ਕਰਨਾ ਕਿਸੇ ਨੂੰ ਤਾਂ ਚੰਗਾ ਕਰਨ ਦਿਓ, ਕਿਸੇ ਇਨਸਾਨ ਨੂੰ ਤਾਂ ਚੰਗਾ ਕਰ ਲੈਣ ਦਿਓ। ਬੜਾ ਮਨ ਦੁਖੀ ਹੁੰਦਾ ਜਿਨ੍ਹਾਂ ਦੀ ਸੋਚ ਦਾ ਦਾਇਰਾ ਐਡਾ ਛੋਟਾ, ਜਿਹੜੇ ਕਿ ਇੱਥੋਂ ਤੱਕ ਸੀਮਤ ਰਹਿ ਗਏ ਆ। ਜੇ ਤੁਹਾਨੂੰ ਦਰਦ ਆ ਭਰਾਵੋ, ਤੁਸੀਂ ਦਰਦ ਰੱਖਦੇ ਆ, ਅਤੇ ਬੇਨਤੀ ਆ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਉਹਨਾਂ ਥੱਲੇ ਲੋਕਾਂ ਤੱਕ ਇਹ ਵੀਡੀਓ ਪਹੁੰਚੇ।